ਜੁਗ ਹੋ ਜੁਗ ਅਟਲ, ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਬੜੀ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਪਾਸ ਜੁੜ ਬੈਠੇ ਹੋ। ਮਹਾਰਾਜ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸਾਨੂੰ ਸਤਿਗੁਰਾਂ ਦੀ ਇਸ ਪਾਵਨ ਹਜ਼ੂਰੀ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਰੋਜ਼ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਆਪਣੀ ਗੋਦ ਵਿੱਚ ਬੈਠਣ ਦਾ ਬਲ ਬਖਸ਼ਦੇ ਨੇ। ਆਪ ਜੀ ਬੜੇ ਪਿਆਰ ਨਾਲ ਦਰਸ਼ਨ ਦੀਦਾਰ ਵੀ ਕਰ ਰਹੇ ਹੋ ਅਤੇ ਜੋ ਪਾਵਨ ਸ਼ਬਦ ਅਸੀਂ ਹੁਣੇ ਹੀ ਸੁਣਿਆ, ਅਸੀਂ ਅੱਜ ਇਸ ਸ਼ਬਦ ਦੀ ਵਿਚਾਰ ਵੀ ਕਰਾਂਗੇ। ਇਹ ਪਾਵਨ ਬਚਨ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ 376 ਅੰਗ 'ਤੇ ਦਰਜ ਹੈ ਜੀ। ਚਾਰ ਪਦਿਆਂ ਵਾਲਾ ਸ਼ਬਦ ਹੈ। ਰਾਗ ਆਸਾ ਅਤੇ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸ਼ਬਦ ਬੜੇ ਸਰਲ ਨੇ। ਇਹਨਾਂ ਦੇ ਅਰਥ ਜ਼ਿਆਦੇ ਭਾਵ ਅੱਖਰੀ ਅਰਥ ਇਹਨਾਂ ਦੇ ਜ਼ਿਆਦੇ ਕਠਿਨ ਮਹਿੰਗੇ ਨਹੀਂ ਆ, ਪਰ ਚਲੋ ਹਰ ਸ਼ਬਦ ਦੀ ਡੂੰਘਾਈ ਬਹੁਤ ਹੁੰਦੀ ਹੈ। ਹਰ ਸ਼ਬਦ ਦੇ ਅਰਥ ਬੜੇ ਡੂੰਘੇ ਆ, ਪਰ ਮੈਂ ਅੱਖਰੀ ਅਰਥਾਂ ਦੀ ਗੱਲ ਕੀਤੀ ਹੈ ਵੀ ਆਸਾਨੀ ਨਾਲ ਅਸੀਂ ਪੜ੍ਹਾਂਗੇ ਅਤੇ ਸਾਨੂੰ ਪੜ੍ਹਦਿਆਂ ਹੀ ਸਮਝ ਆ ਜਾਂਦੀ ਹੈ ਵੀ ਮਹਾਰਾਜ ਇਹ ਕਹਿ ਰਹੇ ਆ। ਜਦੋਂ ਡੂੰਘਾਈ ਵਿੱਚ ਦੇਖਾਂਗੇ ਰੂਹਾਨੀ ਤਾਂ ਫਿਰ ਬਹੁਤ ਡੂੰਘੀ ਹੋ, ਅਤੇ ਤੁਸੀਂ ਜਿੰਨਾ ਜਾਓਗੇ ਓਨਾ ਹੀ ਗਹਿਰਾ ਹੁੰਦਾ ਜਾਏਗਾ। ਅੱਜ ਅਸੀਂ ਇਸ ਅੰਮ੍ਰਿਤ ਬਚਨ ਨੂੰ ਵਿਚਾਰਨਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਕਿਰਪਾ ਕਰਨ ਆਓ। ਕੋਈ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਫਿਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਮਹਾਰਾਜ ਜੀ ਦਾ ਬਚਨ ਹੈ। ਆਸਾ ਮਹੱਲਾ ਪੰਜਵਾਂ। ਜੀ ਪ੍ਰਾਨ ਧਨ ਹਰ ਕੋ ਨਾਮ। ਮਹਾਰਾਜ ਫਰਮਾਉਂਦੇ ਆ ਜਿਹੜੀ ਇਹ ਜਿੰਦ ਹੈ ਅਤੇ ਜਿਹੜੀ ਇਸ ਸਰੀਰ ਦੀ ਆਤਮਾ ਹੈ, ਜਿੰਦ ਹੈ, ਜਿਹਨੂੰ ਰੂਹ ਕਿਹਾ ਜਾਂਦਾ, ਜਿਹਨੂੰ ਸਤਾ ਵੀ ਕਿਹਾ ਜਾਂਦਾ, ਅਤੇ ਇਸ ਸਰੀਰ ਵਿੱਚ ਜਿਹੜੇ ਪ੍ਰਾਣ ਟਿਕੇ ਹੋਏ ਆ, ਮਹਾਰਾਜ ਆਖਦੇ ਆ ਜੇ ਇਹਨਾਂ ਦਾ ਕੋਈ ਧਨ ਹੈ ਜੋ ਇਹਨਾਂ ਦੇ ਕੰਮ ਆਉਣਾ ਹੈ, ਉਹ ਇੱਕੋ ਇੱਕ ਹੈ, ਉਹ ਹੈ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦਾ ਧਨ।
ਜੀ ਪ੍ਰਾਨ ਧਨ ਹਰ ਕੋ ਨਾਮ। ਹਰੀ ਦਾ ਨਾਮ ਹੀ ਜਿੰਦ ਅਤੇ ਸਾਡੇ ਸਵਾਸਾਂ ਦੇ ਕੰਮ ਆਉਣ ਵਾਲਾ ਧਨ ਹੈ। ਮਹਾਰਾਜ ਆਖਦਿਆ ਇਹ ਨਾਮ ਦਾ ਧਨ ਉਹ ਹੈ ਜਿਹੜਾ ਇੱਥੇ ਵੀ ਸਹਾਈ ਹੁੰਦਾ ਤੇ ਅੱਗੇ ਵੀ ਜਿੰਦ ਦੇ ਸਹਾਈ ਹੁੰਦਾ। ਜਿੰਨਾ ਚਿਰ ਤੱਕ ਇੱਥੇ ਜਿੰਦ ਸਰੀਰ ਵਿੱਚ ਵਿਚਰਦੀ ਹੈ, ਜਿੰਦ ਟਿਕੀ ਰਹਿੰਦੀ ਹੈ, ਅਨਸ਼ਾਂਤ ਰਹਿੰਦੀ ਹੈ, ਤੇ ਜਦੋਂ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਇਸੇ ਨਾਮ ਧਨ ਦੀ ਬਦੌਲਤ ਉਹ ਅੱਗੇ ਵੀ ਜਾ ਕੇ ਟਿਕ ਜਾਂਦੀ ਹੈ। ਮਹਾਰਾਜ ਆਖਦੇ ਆ ਸਰੀਰ ਲਈ ਧਨ ਹੋਰ ਹੋ ਸਕਦਾ? ਸਰੀਰ ਲਈ ਧਨ ਦੌਲਤ ਖਜ਼ਾਨੇ ਦੀ ਡੈਫੀਨੇਸ਼ਨ ਬਹੁਤ ਹੈ, ਪਰ ਜਿਹੜੀ ਆਤਮਾ ਦੀ ਹੈ, ਆਤਮਾ ਦਾ ਸੁੱਖ, ਆਤਮਾ ਦੀ ਦੌਲਤ, ਆਤਮਾ ਦਾ ਖਜ਼ਾਨਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਮਹਾਰਾਜ ਕਹਿ ਰਿਹਾ ਜੀ ਪ੍ਰਾਨ, ਜੀ ਦਾ ਅਰਥ ਇੱਥੇ ਜੀਵ ਨਹੀਂ ਹੈ, ਇੱਥੇ ਜੀ ਦਾ ਅਰਥ ਹੈ ਜਿੰਦ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਮਹਾਰਾਜ ਨੇ ਬਾਣੀ ਵਿੱਚ ਬੜੇ ਐਸੇ ਬਚਨ ਕਿੱਥੇ ਜਿੱਥੇ ਜਿੰਦ ਨੂੰ ਜੀ ਮਹਾਰਾਜ ਨੇ ਕਹਿ ਕੇ ਸੰਬੋਧਿਤ ਕੀਤਾ। ਮਹਾਰਾਜ ਆਖਦੇ ਆ ਜੀ ਪ੍ਰਾਨ ਧਨ ਹਰ ਕੋ ਨਾਮ। ਇਹਨਾਂ ਦੋਵਾਂ ਦਾ ਧਨ ਜੋ ਹੈ ਉਹ ਨਾਮ ਹੈ ਵਾਹਿਗੁਰੂ ਦਾ। ਈਹਾ ਊਹਾ ਉਨ ਸੰਗ ਕਾਮ, ਈਹਾ ਊਹਾ ਤੋਂ ਭਾਵ ਹੈ ਲੋਕ ਪਰਲੋਕ, ਭਾਵ ਇੱਥੇ ਤੇ ਉੱਥੇ, ਈਹਾਂ ਤੇ ਊਹਾਂ, ਜਿਹਨੂੰ ਮਹਾਰਾਜ ਆਖਦੇ ਇੱਥੇ ਉੱਥੇ ਪ੍ਰਭ ਰਖਵਾਲਾ, ਜਾਂ ਆਖਦੇ ਈਹਾਂ ਊਹਾਂ ਤੁਮਾਰਾ ਤੁਹਾਰਾ ਧੋਰਾ। ਹਜ਼ੂਰ ਸੱਚੇ ਪਾਤਸ਼ਾਹ ਆਖਦੇ ਆ ਵਾਹਿਗੁਰੂ ਜੀ ਜਿਹੜਾ ਤੁਹਾਡਾ ਨਾਮ ਹੈ ਲੋਕ ਵਿੱਚ ਵੀ ਸਹਾਇਕ ਹੁੰਦਾ ਤੇ ਪਰਲੋਕ ਵਿੱਚ ਵੀ ਸਹਾਇਕ ਹੁੰਦਾ। ਦੁਨਿਆਵੀ ਧਨ ਕੇਵਲ ਸਰੀਰ ਤੱਕ ਸੀਮਤ ਰਹਿ ਜਾਂਦਾ, ਬਸ ਜਿੰਨਾ ਚਿਰ ਤੱਕ ਤੁਹਾਡਾ ਸਰੀਰ ਹੈ ਤੁਸੀਂ ਉਸ ਦੁਨਿਆਵੀ ਧਨ ਨਾਲ ਸੁੱਖ ਪਦਾਰਥ ਸਹੂਲਤਾਂ ਲੈ ਸਕਦੇ ਹੋ, ਪਰ ਜਿੱਦਣ ਸਰੀਰ ਬਿਣਸ ਗਿਆ ਮਹਾਰਾਜ ਆਖਦੇ ਆ ਉਦਣ ਉਹ ਖਜ਼ਾਨੇ ਜੀਰੋ ਹੋ ਜਾਂਦੇ। ਉਦੋਂ ਤੁਹਾਡੀ ਜਿੰਦ ਲਈ ਉਹ ਖਜ਼ਾਨੇ ਜੀਰੋ ਨੇ, ਚਾਹੇ ਤੁਸੀਂ ਸਾਰੀ ਜ਼ਿੰਦਗੀ ਸਰੀਰ ਵਿੱਚ ਰਹਿ ਕੇ ਉਹ ਖਜ਼ਾਨੇ ਇਕੱਠੇ ਕੀਤੇ, ਪਰ ਜਿੰਦ ਨੂੰ ਉਹਨਾਂ ਦਾ ਕੋਈ ਲਾਭ ਨਹੀਂ ਹੋਇਆ। ਤੇਰੀ ਕੀਤੀ ਹੋਈ ਮਿਹਨਤ, ਕੀਤੀ ਹੋਈ ਮਸ਼ੱਕਤ ਦਾ ਕੋਈ ਲਾਭ ਨਹੀਂ ਹੋਇਆ। ਸਾਧਸੰਗਤ ਇੱਕ ਤੁਸੀਂ ਸਲੋਕ ਪੜ੍ਹਦੇ ਹੋ, ਉਹ ਪੜ੍ਹਿਆ ਤੇ ਰੋਜ਼ ਜਾਂਦਾ, ਇਹ ਆਮ ਸਲੋਕ ਹਰ ਇੱਕ ਨੂੰ ਕੰਠ ਹੈ ਨਾ, ਅਸੀਂ ਸਲੋਕ ਕਈ ਵਾਰਾਂ ਪੜ੍ਹਦੇ ਹਾਂ। ਜਿਹੜਾ ਸਲੋਕ ਹੈ ਨਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਅੱਗੇ ਪੰਕਤੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਇਸ ਅਸੀਂ ਬੜੀ ਵਾਰਾਂ ਪੜ੍ਹੀਆਂ ਨੇ ਪੰਕਤੀਆਂ, ਪਰ ਜਿਹੜੀਆਂ ਇਹਨਾਂ ਦੋ ਪੰਕਤੀਆਂ ਦਾ ਜੋ ਟੁਕਾ ਹੈ ਨਾ ਜੀ, ਉਹ ਜਿੰਦ ਤੇ ਹੈ। ਦੋ ਪੰਕਤੀਆਂ ਦਾ ਉਹ ਜਿੰਦ ਦੀ ਗੱਲ ਕੀਤੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਮਸ਼ੱਕਤ ਦੁਨੀਆਂ ਵਿੱਚ ਵੀ ਘਾਲੀ ਜਾਂਦੀ, ਮਸ਼ੱਕਤ ਦਾ ਅਰਥ ਹੈ ਮਿਹਨਤ ਹੈ ਨਾ,
ਬੰਦਾ ਸਰੀਰ ਵਿੱਚ ਰਹਿ ਕੇ ਦੁਨਿਆਵੀ ਧਨ ਕਮਾਉਣ ਲਈ ਕਿੰਨੀ ਮਿਹਨਤ ਕਰਦਾ, ਦਿਨ ਰਾਤ ਲੱਗਾ ਰਹਿੰਦਾ, ਹੈ ਨਾ, ਸਵੇਰੇ ਉੱਠਦਾ ਹੀ ਚੱਲ ਪੈਂਦਾ, ਰਾਤ ਨੂੰ ਆ ਜਾਂਦਾ, ਕਿੰਨਾ ਕੁਝ ਬੰਦਾ ਇਕੱਠਾ ਕਰਦਾ, ਹੈ ਨਾ, ਵੀ ਆਹ ਵੀ ਲੈ ਲਈਏ, ਉਹ ਵੀ ਜੋੜ ਲਈਏ। ਮਹਾਰਾਜ ਆਖਦੇ ਆ, ਆਹ ਜਿਹੜੀ ਤੇਰੀ ਮਿਹਨਤ ਹੈ, ਸਰੀਰ ਤੱਕ ਹੀ ਸੀਮਤ ਰਹਿ ਜਾਣੀ ਹੈ, ਬਸ ਅੱਗੇ ਇਹਦੀ ਕੋਈ ਵੈਲਿਊ ਨਹੀਂ ਪੈਣੀ, ਅੱਗੇ ਜ਼ੀਰੋ ਹੈ। ਮਹਾਰਾਜ ਆਖਦੇ ਆ, ਅੱਗੇ ਉਹਨਾਂ ਦੀ ਮੁਸ਼ਕਤ ਥਾਂ ਪੈਣੀ ਹੈ ਜਿਨ੍ਹਾਂ ਦੀ ਜਿੰਦ ਨੇ ਪਰਮਾਤਮਾ ਦੇ ਨਾਮ ਨੂੰ ਜਪਦਿਆਂ ਹੋਇਆਂ ਮੁਸ਼ਕਤ ਘਾਲੀ ਹੈ, ਜਿਨ੍ਹਾਂ ਨੇ ਨਾਮ ਧਿਆਇਆ, ਜਿਨ੍ਹਾਂ ਨੇ ਮੁਸ਼ਕਤ ਘਾਲੀ। ਮਹਾਰਾਜ ਆਖਦਿਆ, ਭਾਈ ਉਹੀ ਇਸ ਸੰਸਾਰ ਵਿੱਚੋਂ ਛੁੱਟਦੇ ਆ, ਨਹੀਂ ਤੇ ਸੰਸਾਰ ਵਿੱਚੋਂ ਛੁੱਟਿਆ ਨਹੀਂ ਜਾਣਾ। ਜਿਹੜੇ ਬੰਦੇ ਸਰੀਰ ਦੀ ਸਹੂਲਤ ਲਈ ਧਨ ਦੌਲਤ ਪਦਾਰਥਾਂ ਵਿੱਚ ਖਜੀ ਤਾ ਉਹ ਤੇ ਬਸ ਜਨਮ ਮਰਨ ਦੇ ਗੇੜ ਵਿੱਚ ਹੀ ਰਹਿ ਜਾਂਦੇ ਆ, ਉਹ ਕਦੀ ਛੁੱਟਦੇ ਨਹੀਂ ਆ। ਜਿਨ੍ਹਾਂ ਦੀਆਂ ਜਿੰਦਾਂ ਨੇ ਨਾਮ ਤੇ ਆਇਆ ਹੈ, ਉਹਨਾਂ ਦੀਆਂ ਜਿੰਦਾਂ ਹੀ ਜਨਮ ਮਰਨ ਦੇ ਗੇੜ ਤੋਂ ਛੁੱਟੀਆਂ ਨੇ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਉਹ ਜਿੰਦਾਂ ਮਸ਼ਕਤ ਕਾਲ ਕੇ ਅੱਗੇ ਤੁਰਦੀਆਂ ਨੇ, ਉਹ ਖਾਲੀ ਨਹੀਂ ਤੁਰਦੀਆਂ, ਉਹਨਾਂ ਦੀਆਂ ਜਿੰਦਾਂ ਕੋਲ ਖਜ਼ਾਨਾ ਹੁੰਦਾ ਨਾਮ ਦਾ। ਮਹਾਰਾਜ ਆਖਦਿਆ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ। ਇੱਥੇ ਨਹੀਂ ਵਚਨ ਕਿਹਾ ਸੀ ਨਾ ਵੀ ਇਹਾ ਉਹਾ ਉਨ ਸੰਗ ਕਾਮ, ਭਾਵ ਜਦੋਂ ਇੱਥੋਂ ਤੁਰਦੀ ਹੈ ਜਿੰਦ ਤੇ ਰੱਬ ਦੀ ਦਰਗਾਹ ਵਿੱਚ ਉਹਨਾਂ ਦਾ ਮੁਖ ਉਜਲ ਹੁੰਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਮਹਾਰਾਜ ਆਖਦਿਆ, ਨਾਲੋਂ ਨਾਲ ਸੰਸਾਰ ਤੋਂ ਛੁੱਟੀ ਹੋ ਜਾਂਦੀ ਹੈ, ਉਹਨਾਂ ਦੀ ਛੁੱਟ ਜਾਂਦੀਆਂ ਜਿੰਦਾਂ, ਮੁਕਤ ਹੋ ਜਾਂਦੀਆਂ। ਹਜ਼ੂਰ ਕਹਿ ਰਹੇ ਆ, ਨਾਮ ਧਿਆ ਕੇ ਨਾਮ ਜਪ ਕੇ ਬੰਦਗੀ ਕਰਕੇ ਛੁੱਟਿਆ ਜਾ ਸਕਦਾ, ਉਹ ਤੋਂ ਬਗੈਰ ਹੋਰ ਤਰੀਕਾ ਹੀ ਕੋਈ ਨਹੀਂ। ਅੱਜ ਮਹਾਰਾਜ ਨੇ ਬਚਨ ਉਹੀ ਕੀਤਾ ਕਿ ਜੀ ਪ੍ਰਾਨ ਧਨ ਹਰ ਕੋ ਨਾਮ, ਈਹਾ ਉਹਾ ਉਨ ਸੰਗ ਕਾਮ, ਜਿੰਦ ਦੇ ਹੀ ਨਾਮ ਇੱਥੇ ਵੀ ਸਹਾਈ ਹੈ, ਅੱਗੇ ਵੀ ਸਹਾਈ ਹੈ। ਫਿਰ ਮਹਾਰਾਜ ਕਹਿੰਦੇ ਆ, ਬਿਨ ਹਰ ਨਾਮ ਅਵਰ ਸਭ ਥੋੜਾ। ਭਾਈ ਨਾਮ ਤੋਂ ਬਗੈਰ ਨਾ ਤੂੰ ਜਿੰਨਾ ਮਰਜ਼ੀ ਇਕੱਠਾ ਕਰੀ ਚਲੋ, ਸਾਰਾ ਘਾਟੇ ਦਾ ਸੌਦਾ ਹੀ ਹੈ। ਜਿੰਨਾ ਮਰਜ਼ੀ ਇਕੱਠਾ ਕਰ, ਤੂੰ ਜਿਸ ਪਾਸੇ ਮਰਜ਼ੀ ਚੱਲ ਪਾ, ਹਰ ਪਾਸੇ ਸੌਦਾ ਘਾਟੇ ਦਾ ਹੀ ਹੈ। ਹਰ ਪਾਸੇ ਤੂੰ ਘਾਟੇ ਵਿੱਚ ਹੀ ਜਾਏਗਾ ਜੇ ਨਾਮ ਨਹੀਂ ਜਪਦਾ। ਤੇ ਨਾਮ ਦਾ ਸੌਦਾ ਲਾਹੇਵੰਦ ਸੌਦਾ ਹੈ, ਬਾਕੀ ਹਰ ਇੱਕ ਸੌਦਾ, ਹਰ ਇੱਕ ਕੰਮ ਕਾਜ, ਹਰ ਇੱਕ ਵਪਾਰ ਘਾਟੇ ਵਾਲਾ। ਉੱਥੇ ਘਾਟਾ ਪੈਣ ਦਾ ਡਰ ਹਮੇਸ਼ਾ ਲੱਗਾ ਰਹਿੰਦਾ ਵੀ ਹਾਏ ਕਿਤੇ ਘਾਟਾ ਨਾ ਪੈ ਜਾਏ, ਕਿਤੇ ਨੁਕਸਾਨ ਨਾ ਹੋ ਜਾਏ। ਪਰ ਜਿਹੜਾ ਬੰਦਾ ਨਾਮ ਵਾਲੇ ਪਾਸੇ ਤੁਰਦਾ, ਉਹ ਘਾਟਾ ਪੈਣ ਦਾ ਤੇ ਡਰ ਹੀ ਮੁੱਕ ਜਾਂਦਾ। ਇੱਥੇ ਘਾਟਾ ਪੈਣਾ ਹੀ ਨਹੀਂ, ਇੱਥੇ ਤੇ ਬਸ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਲਾਹਾ ਕਮਾਉਂਦੇ ਹੋ। ਬਸ ਇਹ ਸੌਦਾ ਘਾਟੇ ਵਾਲਾ ਨਹੀਂ ਹੈ, ਨੁਕਸਾਨ ਵਾਲਾ ਨਹੀਂ ਹੈ। ਤੇ ਯਾਦ ਰੱਖੋ, ਇਹ ਖਜ਼ਾਨਾ ਜਿੰਨਾ ਮਰਜ਼ੀ ਇਕੱਠਾ ਕਰੀ ਚੱਲੋ, ਇਹ ਕਦੀ ਘਟਣਾ ਵੀ ਨਹੀਂ ਹੈ।
ਇਹ ਬਸ ਵਧਣਾ ਜਾਣਦਾ, ਇਹ ਖਜ਼ਾਨਾ ਘਟਣਾ ਨਹੀਂ ਜਾਣਦਾ। ਦੁਨੀਆਂ ਦੇ ਸਾਰੇ ਖਜ਼ਾਨੇ ਇਕੱਠੇ ਕੀਤੇ ਜਾਂਦੇ ਆ, ਪਰ ਸਮੇਂ ਨਾਲ ਘਟਦੇ ਆ ਉਹ, ਜਿਉਂ ਜਿਉਂ ਵੰਡੋਗੇ ਘਟਣਗੇ ਉਹ। ਪਰ ਨਾਮ ਦਾ ਖਜ਼ਾਨਾ, ਨਾਮ ਦੀ ਦੌਲਤ ਐਸੀ ਹੈ, ਇਹ ਹਮੇਸ਼ਾ ਵੱਧਦੀ ਹੈ, ਇਹ ਕਦੀ ਘਟਦੀ ਨਹੀਂ ਹੈ। ਮਹਾਰਾਜ ਨੇ ਤਾਂ ਆਖਿਆ, ਬਿਨ ਹਰ ਨਾਮ ਅਵਰ ਸਭ ਥੋੜਾ, ਥੋੜੇ ਦਾ ਅਰਥ ਹੁੰਦਾ ਥੋੜਾ ਜਿਹਾ। ਨਾਮ ਤੋਂ ਬਗੈਰ ਜਿੰਨਾ ਵੀ ਇਕੱਠਾ ਕਰੇਗਾ ਉਹਨੇ ਦਿਨ ਬਾ ਦਿਨ ਥੋੜਾ ਹੋਈ ਜਾਣਾ, ਦਿਨ ਬਾ ਦਿਨ ਘਟੀ ਜਾਣਾ, ਪਰ ਨਾਮ ਨੇ ਦਿਨ ਬਾ ਦਿਨ ਵਧੀ ਜਾਣਾ। ਅਸੀਂ ਪੜ੍ਹਦੀ ਹਾਂ ਬਚਨ, ਖਾਵੇ ਖਰਚ ਹੈ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਵਧਣਾ ਜਾਣਦਾ। 100 ਰੁਪਈਏ ਤੁਸੀਂ 10-10 ਖਰਚਣੇ ਸ਼ੁਰੂ ਕਰਦੇ ਹੋ, ਹਾਂ ਤੇ ਪਤਾ ਹੀ ਲੱਗਣਾ ਕਦੋਂ 100 ਨਿਕਲ ਗਿਆ। ਉਹ ਘਟਣੇ ਘਟਣਾ ਵਧਣਾ ਥੋੜਾ। ਕਦੀ ਪੈਸਾ ਪਿਆ ਹੋਇਆ ਨਹੀਂ ਵੱਧਦਾ। ਮਹਾਰਾਜ ਆਖਦੇ ਆ, ਪੈਸੇ ਨੂੰ ਖਰਚੋਗੇ ਉਹਨੇ ਘਟਣਾ, ਮੁੱਕ ਜਾਣਾ, ਪਰ ਨਾਮ ਦੀ ਦੌਲਤ ਐਸੀ ਹੈ ਇਹ ਵਧੇਗੀ, ਇਹ ਚ ਵਾਧਾ ਹੈ ਦਿਨ ਬਾ ਦਿਨ। ਮਹਾਰਾਜ ਉਹੀ ਕਹਿ ਰਹੇ ਆ ਕਿ ਇਸ ਕਰਕੇ ਬਿਨ ਹਰ ਨਾਮ ਅਵਰ ਸਭ ਥੋੜਾ ਤ੍ਰਿਪਤ ਅਗਾਵੈ। ਨਾਮ ਨੂੰ ਛੱਡ ਕੇ ਜੇ ਬੰਦਾ ਕਿਸੇ ਦੁਨਿਆਵੀ ਪਦਾਰਥਾਂ ਸੰਸਾਰ ਦੇ ਵਿਕਾਰਾਂ ਪਿੱਛੇ ਲੱਗਾ, ਜੇ ਬੰਦਾ ਚਾਹੇ ਮੈਂ ਰੱਜ ਜਾਵਾਂ ਨਾ, ਵਿਕਾਰ ਭੋਗ ਪੋ ਕੇ ਵੀ ਬਸ ਰੱਜ ਗਿਆ, ਰੱਜਦਾ ਵਿਕਾਰਾਂ ਵਿੱਚੋਂ ਨਹੀਂ ਬੰਦਾ ਰੱਜਦਾ ਕਦੀ, ਸੱਚਾਈ ਹੈ। ਵਿਕਾਰ ਕੋਈ ਵੀ ਹੈ, ਰੱਜ ਨਹੀਂ ਆਉਂਦਾ। ਇਹ ਤੁਹਾਡੇ ਵਿੱਚ ਤ੍ਰਿਸ਼ਨਾ ਵਧਾਉਂਦੀ ਆ, ਮਾਇਆ ਵੀ ਤ੍ਰਿਸ਼ਨਾ ਵਧਾਉਂਦੀ ਹੈ ਕਿ ਬੰਦਾ ਜੇ ਮਹੀਨੇ ਦਾ 1,00,000 ਕਮਾਉਂਦਾ ਕਿ ਰੱਜ ਗਿਆ। ਨਾ ਨਾ, ਰੱਜਦਾ ਨਹੀਂ, ਉਹ ਕਰੋੜਾਂ ਵੱਲ ਝਾਤ ਰੱਖਦਾ। ਹੁਣ ਕਰੋੜ ਚਾਹੀਦੇ ਆ, ਤੇ ਮੰਨ ਲਓ ਜੇ ਕਰੋੜ ਵੀ ਕਮਾਉਣ ਲੱਗ ਪਏ ਤੇ ਰੱਜ ਤਾਂ ਵੀ ਨਹੀਂ ਆਇਆ ਬੰਦੇ ਨੂੰ, ਉਹ ਫਿਰ ਝਾਤ ਰੱਖਦਾ ਅਰਬਾਂ ਦੀ, ਰੱਜ ਨਹੀਂ ਆ ਸਕਦਾ। ਯਾਦ ਰੱਖਿਓ, ਕਦੀ ਵੀ ਰੱਜ ਜਦੋਂ ਵੀ ਬੰਦੇ ਨੂੰ ਆਇਆ, ਰੱਜ ਹਮੇਸ਼ਾ ਨਾਮ ਵਿੱਚੋਂ ਆਇਆ, ਮਾਇਆ ਵਿੱਚੋਂ। ਹਮੇਸ਼ਾ ਭੁੱਖ ਵਧੀ ਹੈ ਬੰਦੇ ਦੀ, ਮਾਇਆ ਤ੍ਰਿਸ਼ਨਾ ਵਧਾਉਂਦੀ ਹੈ ਇਨਸਾਨ ਦੀ, ਘਟਾਉਂਦੀ ਨਹੀਂ ਹੈ ਜੀ। ਜੇ ਤ੍ਰਿਸ਼ਨਾ ਕਿਸੇ ਨੇ ਮੁਕਾਈ ਹੈ, ਕੇਵਲ ਤੇ ਕੇਵਲ ਨਾਮ ਨੇ ਮੁਕਾਈ ਹੈ, ਕਿਉਂਕਿ ਨਾਮ ਜਪ ਕੇ ਹੀ ਤੇ ਸੰਤੋਖ ਆਉਂਦਾ, ਬੰਦਗੀ ਕਰਕੇ ਬਾਣੀ ਪੜ੍ਹ ਕੇ ਤੇ ਬੰਦੇ ਨੂੰ ਰੱਜ ਆਉਂਦਾ। ਸਾਧ ਸੰਗਤ ਨਾਮ ਜਪਣ ਵਾਲੇ ਕੋਲ ਭਾਵੇਂ ਕੁਝ ਨਾ ਹੋਵੇ, ਪਰ ਤੁਸੀਂ ਉਹਨੂੰ ਪੁੱਛੋ ਬਾਬਾ ਠੀਕ ਹੈ, ਉਹ ਕਹੇਗਾ ਚੜ੍ਹਦੀ ਕਲਾ ਆਨੰਦ ਵਿੱਚ ਆ, ਤੇ ਤੁਸੀਂ ਦੁਨਿਆਵੀ ਬੰਦੇ ਨੂੰ ਪੁੱਛੋ ਕੀ ਹਾਲ ਉਹ ਆ ਹੋਵੇ, ਸਭ ਕੁਝ ਉਹ ਕਹੇਗਾ ਕੁਝ ਵੀ ਨਹੀਂ ਆ ਪੱਲੇ, ਉਹ ਇਹੀ ਕਹਿਣਾ। ਉਹਨੂੰ ਪੁੱਛੋ ਵੀ ਠੀਕ ਠਾਕ, ਉਹਨੇ ਕਹਿਣਾ ਨਾ, ਕੰਮ ਕਾਜ ਹੀ ਸਾਰੇ ਬੰਦ ਹੋਏ ਪਿਆ, ਕੰਮ ਹੀ ਚੱਲਦਾ। ਰੱਬ ਦੇ ਪਿਆਰੇ ਨੂੰ ਪੁੱਛੋ ਤੇ ਉਹ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਹੈ, ਉਹਨੂੰ ਭਾਵੇਂ ਸਵੇਰ ਦਾ ਭੋਜਨ ਵੀ ਨਾ ਮਿਲਿਆ, ਉਹਨੇ ਤਾਂ ਵੀ ਕਹਿਣਾ ਆਨੰਦ ਵਿੱਚ ਹੈ, ਚੜ੍ਹਦੀ ਕਲਾ। ਦੁਨਿਆਵੀ ਬੰਦਾ ਜਿਹੜਾ ਮਾਇਆ ਵਿੱਚ ਖਜੀਤ ਹੈ, ਉਹਨੇ ਆਹੀ ਕਹਿਣਾ, ਨਾ ਪੱਲੇ ਕੁੱਝ ਨਹੀਂ ਮੇਰੇ, ਨਾ ਗੋਏ ਪਏ। ਮਹਾਰਾਜ ਆਖਦੇ ਆ, ਰੱਜ ਨਹੀਂ ਹੈ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ, ਬੰਦਗੀ ਕਰਨ ਵਾਲੀਆਂ ਰੂਹਾਂ, ਉਹਨਾਂ ਦੇ ਜੀਵਨ ਦੀ ਤਾਂ ਗੱਲਬਾਤ ਹੀ ਵੱਖਰੀ ਹੈ। ਉਹਨਾਂ ਦੇ ਜੀਵਨ ਦਾ ਜੋ ਖੇੜਾ ਹੈ, ਜੋ ਆਨੰਦ ਹੈ ਨਾ, ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ।
ਜੋ ਅਵਸਥਾਵਾਂ ਹੁਣ ਵੇਖੋ ਅਸੀਂ ਕਿਸੇ ਦੀ ਅਵਸਥਾ ਬਾਰੇ ਥੋੜ੍ਹਾ ਬਹੁਤਾ ਕਹਿ ਸਕਦੇ ਹਾਂ, ਪਰ ਸ਼ਬਦਾਂ ਵਿੱਚ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਵਸਥਾ ਨੂੰ ਮਹਿਸੂਸ ਕੀਤਾ ਜਾ ਸਕਦਾ ਅਤੇ ਮਹਿਸੂਸ ਉਹ ਕਰ ਸਕਦਾ ਕਿਸੇ ਰੱਬ ਦੇ ਰੰਗ ਰੱਤੀ ਰੂਹ ਦੀ। ਜੇ ਅਵਸਥਾ ਨੂੰ ਬਿਆਨ ਕਰਨਾ, ਬਿਆਨ ਨਹੀਂ ਹੋਏਗੀ, ਮਹਿਸੂਸ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ, ਉਹ ਵੀ ਉਸ ਬੰਦੇ ਵੱਲੋਂ ਜਿਹੜਾ ਆਪ ਉਸ ਪਾਸੇ ਤੁਰਿਆ ਹੈ। ਆਮ ਬੰਦਾ ਨਹੀਂ ਮਾਣ ਸਕਦਾ ਨਾ, ਉਹਨੂੰ ਤੇ ਸਮਝ ਹੀ ਨਹੀਂ ਆਉਣੀ, ਕਿਉਂਕਿ ਉਹਦੇ ਉਹਦਾ ਤੇ ਲੈਵਲ ਹੀ ਨਾ ਉਧਰ, ਉਹ ਲੈਵਲ ਉਹਦਾ ਹੇਠਲਾ ਹੈ, ਉਹ ਉਸ ਪਾਸੇ ਤੁਰਿਆ ਹੀ ਨਹੀਂ, ਉਹਨੇ ਤੇ ਉਹ ਪੜ੍ਹਾਈ ਕੀਤੀ ਨਹੀਂ ਨਾ। ਜਿਹਨੇ ਉਹ ਪੜ੍ਹਾਈ ਕੀਤੀ ਹੈ ਉਹ ਥੋੜ੍ਹਾ ਬਹੁਤ ਉਹਦੇ ਬਾਰੇ ਦੱਸ ਸਕਦਾ ਹੈ ਵੀ ਹਾਂ, ਜਿਵੇਂ ਮਹਾਰਾਜ ਕਹਿੰਦੇ ਆ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ। ਇਹ ਨਹੀਂ ਆਖਿਆ ਕਿ ਬ੍ਰਹਮ ਗਿਆਨੀ ਦੀ ਗਤ ਆਮ ਬੰਦਾ ਜਾਣ ਸਕਦਾ, ਜਾਣ ਨਹੀਂ ਸਕਦਾ ਨਾ। ਹੁਣ ਜਿਹੜਾ ਬ੍ਰਹਮ ਬਾਰੇ ਪੜ੍ਹਿਆ ਹੈ, ਬ੍ਰਹਮ ਬਾਰੇ ਜਾਣਦਾ, ਉਹੀ ਦੱਸੇਗਾ ਨਾ ਵੀ ਆਹ ਬ੍ਰਹਮ ਦੀਆਂ ਖੇਡਾਂ ਨੇ। ਜਿਹੜਾ ਬੰਦਾ ਬਸ ਜਵਾਨੀ ਕਲਾਮੀ ਗੱਲਾਂ ਕਰਦਾ ਉਹ ਨਹੀਂ ਬਿਆਨ ਕਰ ਸਕਦਾ ਜਿਸ ਚੀਜ਼ਾਂ ਬਾਰੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਰਾਜ ਤ੍ਰਿਪਤੀ ਉਹ ਨਾਮ ਵਿੱਚੋਂ ਹੀ ਪ੍ਰਾਪਤ ਹੋਣੀ ਹੈ, ਨਾਮ ਤੋਂ ਬਗੈਰ ਮਨ ਕਦੀ ਅੱਜ ਤੱਕ ਰੱਜਿਆ ਨਹੀਂ ਹੈ। ਨਹੀਂ ਤੇ ਬੰਦੇ ਦੀ ਤ੍ਰਿਸ਼ਨਾ ਵਧੀ ਹੈ ਜੀ। ਵੇਖੋ ਦੁਨਿਆਵੀ ਪਦਾਰਥਾਂ ਨੇ ਬੰਦੇ ਦੀ ਤ੍ਰਿਸ਼ਨਾ ਵਧਾਈ ਹੈ। ਅਸੀਂ ਕਿਸੇ ਪਾਸੇ ਵੀ ਗੱਲ ਲੈ ਲਈਏ, ਤੁਸੀਂ ਸੁਖਮਨੀ ਸਾਹਿਬ ਤੇ ਰੋਜ਼ ਰੋਜ਼ ਪੜ੍ਹਦੇ ਹੋ ਆ ਬਚਨ, ਅਸੀਂ ਸਾਡੇ ਰੋਜ਼ ਕੰਨ ਸੁਣਦੇ ਆ, ਜਿਹਬਾ ਪੜ੍ਹਦੀ ਹੈ, ਸਹਸ ਖਟੇ ਲੱਖ ਕੋ ਉੱਠਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਬਿਲਕੁਲ ਸੱਚਾਈ ਕਹੀ ਹੈ ਮਹਾਰਾਜ ਨੇ, ਹੈ ਨਾ। ਰੋਜ਼ ਬੰਦਾ ਪੜ੍ਹਦਾ ਪਰ ਉਹਦੇ ਪੱਲੇ ਫਿਰ ਵੀ ਨਹੀਂ ਗੱਲ ਪੈਂਦੀ। ਰੋਜ਼ ਮਹਾਰਾਜ ਸਾਨੂੰ ਸੁਣਾਉਂਦੇ ਆ ਵੀ ਇਵੇਂ ਨਹੀਂ ਤ੍ਰਿਪਤੀ ਹੋਣੀ ਤੇਰੀ ਨਾ। ਹਾਂ, ਜਿਹੜੇ ਬੰਦੇ ਨਾਮ ਨਾਲ ਜੁੜੇ ਆ ਉਹਨਾਂ ਦੇ ਜੀਵਨ ਵਿੱਚ ਰੱਜ ਹੈ ਵੀ ਜਿੱਥੇ ਰੱਬ ਨੇ ਰੱਖਿਆ ਠੀਕ ਹੈ, ਉਹ ਕਦੀ ਮਰੂ ਮਰੂ ਨਹੀਂ ਕਰਦੇ। ਇਹ ਵੀ ਪੋਜ਼ਿਟਿਵ ਪੁਆਇੰਟ ਹੈ। ਵੇਖੋ ਜੀਵਨ ਵਿੱਚ ਕਦੀ ਮਰੂ ਮਰੂ ਨਹੀਂ ਕਰਨਾ ਚਾਹੀਦਾ ਕਦੀ ਵੀ। ਕਈ ਵਾਰ ਨਾ ਬੰਦਿਆਂ ਕੋਲ ਹੁੰਦਾ ਸਭ ਕੁਝ ਹੈ, ਰੱਬ ਨੇ ਕੋਈ ਕਮੀ ਨਹੀਂ ਛੱਡੀ ਹੁੰਦੀ, ਵਧੀਆ ਰੋਟੀ ਖਾਂਦਾ ਨਾ ਸਵੇਰੇ ਸ਼ਾਮ, ਦੋ ਦੋ ਤਿੰਨ ਤਿੰਨ ਸਬਜ਼ੀਆਂ ਖਾਂਦਾ, ਚੰਗਾ ਸਲਾਦ ਨਾਲ ਖਾਂਦਾ, ਵਧੀਆ ਰਾਤ ਨੂੰ ਪ੍ਰਸ਼ਾਦਾ ਛੱਕ ਕੇ ਦੁੱਧ ਪੀ ਕੇ ਆਰਾਮ ਨਾਲ ਸੌਂਦਾ, ਆਉਣ ਜਾਣ ਵਾਸਤੇ ਚੰਗੇ ਉਦੋਂ ਕਨਵੈਂਸ ਵਧੀਆ। ਪਰ ਫਿਰ ਉਹਨੂੰ ਪੁੱਛੋ ਵੀ ਕੀ ਹਾਲ ਹੈ, ਉਹ ਫਿਰ ਕੁਝ ਨਹੀਂ ਹੈ ਪੱਲੇ, ਮਰੂ ਮਰੂ ਹੀ ਕਰਨਾ। ਮਹਾਰਾਜ ਆਖਦੇ ਨੇ ਗਲਤ ਹੈ, ਇਹ ਗਲਤ ਹੈ। ਜੇ ਰੱਬ ਤੈਨੂੰ ਦੇ ਰਿਹਾ, ਤੂੰ ਵਧੀਆ ਰੋਟੀ ਪਾਣੀ ਖਾ ਕੇ ਆਰਾਮ ਨਾਲ ਮੰਜੇ 'ਤੇ ਸੌ ਰਿਹਾ, ਮਹਾਰਾਜ ਨੇ ਤੈਨੂੰ ਸਹੂਲਤਾਂ ਦਿੱਤੀਆਂ ਨੇ, ਫਿਰ ਤੂੰ ਮਰੂ ਮਰੂ ਕਾਹਤੋਂ ਕਰਦਾ। ਸਿਆਣੇ ਇੱਕ ਗੱਲ ਬੜਾ ਉਹ ਵੇਖੋ, ਸਾਡੇ ਬਜ਼ੁਰਗਾਂ ਨੇ ਤੱਤ ਕੱਢੇ ਆ ਜ਼ਿੰਦਗੀ ਦੇ, ਵੀ ਨਹੀਂ ਉਹਨਾਂ ਨੇ ਗੱਲਾਂ ਬਣਾਈਆਂ। ਉਹ ਸਿਆਣੇ ਕਹਿੰਦੇ ਆ ਵੀ ਜਦੋਂ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਨਾ, ਫਿਰ ਦੋ ਗੱਲਾਂ ਸਿੱਖ ਲਓ ਜ਼ਿੰਦਗੀ 'ਚ। ਪੁੱਛਿਆ ਵੀ ਕਿਹੜੀਆਂ, ਕਹਿ ਲੱਗੇ ਦੌਲਤ ਵੇਖੋ ਆਪਣੇ ਤੋਂ ਛੋਟੇ ਬੰਦੇ ਦੀ, ਦੌਲਤ ਵੇਖੋ ਆਪਣੇ ਤੋਂ ਛੋਟੇ ਦੀ।
ਅਸੀਂ ਦੌਲਤ ਵੇਖਦੇ ਆਪਣੇ ਤੋਂ ਵੱਡੇ ਦੀ, ਤਾਂ ਮਰੂ ਮਰੂ ਕਰਦੇ ਵੀ ਫਲਾਣੇ ਬੰਦੇ ਕੋਲ ਤੇ ਆਹ ਮੇਰੇ ਕੋਲ ਤੇ ਹੈ ਹੀ ਨਹੀਂ, ਫਲਾਣੇ ਬੰਦੇ ਕੋਲ ਤੇ ਆਹ ਚੀਜ਼ ਹੈ ਮੇਰੇ ਘਰ ਤੇ ਹੈ ਹੀ ਨਹੀਂ। ਅਸੀਂ ਫਿਰ ਰੋਂਦੇ ਹਾਂ ਵੀ ਸਾਡੇ ਕੋਲ ਆਹ ਚਾਹੀਦਾ। ਮਹਾਰਾਜ ਆਖਦਿਆ ਨਹੀਂ, ਜੋ ਤੇਰੇ ਕੋਲ ਹੈ ਕਈਆਂ ਕੋਲ ਤੇ ਉਹ ਵੀ ਨਹੀਂ ਹੈ, ਜੋ ਤੇਰੇ ਕੋਲ ਹੈ ਕਈਆਂ ਕੋਲ ਉਹ ਵੀ ਨਹੀਂ। ਲੋਕੀ ਤਰਸਦੇ ਆ ਚੀਜ਼ਾਂ ਲੈਣ ਲਈ। ਤੂੰ ਰਾਤ ਨੂੰ ਵਧੀਆ ਪ੍ਰਸ਼ਾਦਾ ਪਾਣੀ ਛੱਕ ਕੇ ਸੋਨੇ, ਪਰ ਕਈਆਂ ਕੋਲ ਤੇ ਸਿਰ ਢੱਕਣ ਦੀ ਛੱਤ ਵੀ ਨਹੀਂ ਹੈ। ਸੜਕਾਂ ਤੇ ਇੱਕ ਜ਼ਿੰਦਗੀ ਕੱਢ ਦਿੰਦੇ ਆ ਬੰਦੇ ਹੋਏ, ਤੂੰ ਤੇ ਫਿਰ ਵੀ ਵੰਨ ਸਵੰਨੇ ਭੋਜਨ ਤਾਜ਼ੇ ਛੱਕਦੇ ਤਿਆਰ ਕਰਕੇ। ਕਈ ਵਿਚਾਰੇ ਸਵੇਰੇ ਛੱਕਦੇ ਤੇ ਸ਼ਾਮ ਨੂੰ ਪਤਾ ਨਹੀਂ ਵੀ ਕੁਝ ਮਿਲਣਾ ਕਿ ਨਹੀਂ ਮਿਲਣਾ, ਤੂੰ ਫਿਰ ਵੀ ਮਰੂ ਮਰੂ ਕਰੀ ਜਾਂਦਾ। ਮਹਾਰਾਜ ਆਖਦਿਆ ਨਹੀਂ, ਜੋ ਰੱਬ ਨੇ ਦਿੱਤਾ ਹੈ ਹਮੇਸ਼ਾ ਸ਼ੁਕਰ ਵਿੱਚ ਰਹਿਣਾ ਚਾਹੀਦਾ ਕਿ ਰੱਬ ਨੇ ਬਹੁਤ ਦਿੱਤਾ। ਉਹ ਸਿਆਣੇ ਆਖਦਿਆ ਦੌਲਤ ਵੇਖੋ ਆਪਣੇ ਤੋਂ ਛੋਟੇ ਦੀ, ਧਰਮ ਵੇਖੋ ਆਪਣੇ ਤੋਂ ਵੱਡੇ ਦਾ, ਫਿਰ ਖੁਸ਼ ਰਿਹਾ ਜਾਣਾ। ਅਸੀਂ ਕੰਮ ਉਲਟਾ ਕਰਦੇ ਹਾਂ, ਧਰਮ ਵੇਖਦੇ ਹਾਂ ਆਪਣੇ ਤੋਂ ਛੋਟਿਆਂ ਦਾ, ਦੌਲਤ ਵੇਖਦੇ ਆਪਣੇ ਤੋਂ ਵੱਡਿਆਂ ਦੀ, ਤਾਂ ਅਸੀਂ ਦੁਖੀ ਹਾਂ। ਮਹਾਰਾਜ ਆਖਦੇ ਆ ਆਹੀ ਤੇਰੇ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ, ਮੇਰੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ। ਜਿਹੜੀਆਂ ਨਾਮ ਰੰਗੀਆਂ ਰੂਹਾਂ ਹੁੰਦੀਆਂ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੀਆਂ ਪ੍ਰਤੀਕ ਹੁੰਦੀਆਂ ਨੇ, ਉਹਨਾਂ ਦੇ ਮੁੱਖ ਵਿੱਚੋਂ ਹਮੇਸ਼ਾ ਚੜ੍ਹਦੀ ਕਲਾ ਹੀ ਨਿਕਲੇਗੀ। ਕਦੀ ਮਰੂ ਮਰੂ ਸ਼ਬਦ ਨਹੀਂ ਨਿਕਲਣਗੇ ਉਹਨਾਂ ਦੇ, ਵੀ ਪੱਲੇ ਕੁਝ ਨਹੀਂ। ਉਹ ਆਖਦੇ ਸਭ ਕੁਝ ਹੈ, ਕੀ ਕਮੀ ਹੈ। ਜੇ ਨਾ ਹੋਵੇ ਤਾਂ ਵੀ ਕਹਿਣਾ ਸਭ ਕੁਝ ਹੈ, ਗੁਰੂ ਨੇ ਬੜੀ ਕਿਰਪਾ ਕੀਤੀ ਹੈ। ਉਹਨਾਂ ਦੇ ਮੁੱਖ ਵਿੱਚੋਂ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਦੀ ਰਹਿਮਤ ਆਈ, ਸ਼ਬਦ ਨਿਕਲਣਗੇ। ਅਤੇ ਸਾਡੇ ਮੁੱਖ ਵਿੱਚੋਂ ਕਦੇ ਨਿਕਲਦਾ ਵੀ ਨਾ ਬੜੀ ਕਿਰਪਾ, ਰੰਗ ਭਾਗ ਲਾਏ ਪਏ ਸੱਚੇ ਪਾਤਸ਼ਾਹ। ਅਸੀਂ ਤਾਂ ਕਹਿਣਾ ਨਾ ਸਾਡੇ ਪੱਲੇ ਕੁਝ ਨਹੀਂ ਹੈ ਦਿੱਤਾ, ਕੰਮ ਹੀ ਨਹੀਂ ਅੜਿਆ ਪਿਆ, ਸਭ ਰੁਕਿਆ ਪਿਆ। ਮਹਾਰਾਜ ਸੱਚੇ ਪਾਤਸ਼ਾਹ ਆਖਦਿਆ ਇਸ ਕਰਕੇ ਰੱਜ ਨਹੀਂ ਆ ਸਕਦਾ ਜਿੰਨਾ ਚਿਰ ਤੱਕ ਤੇਰੇ ਜੀਵਨ ਵਿੱਚ ਨਾਮ ਨਹੀਂ ਹੈ, ਬੰਦਗੀ ਨਹੀਂ। ਤ੍ਰਿਪਤ ਅਗਾਵ ਹੈ, ਉਹ ਬੰਦੇ ਰੱਜਦੇ ਆ ਤ੍ਰਿਪਤ ਹੁੰਦੇ ਆ ਜਿਨ੍ਹਾਂ ਨੇ ਹਰ ਦਰਸ਼ਨ ਮਨ ਮੋਰਾ, ਜਿਨ੍ਹਾਂ ਦੇ ਮਨਾਂ ਨੇ ਵਾਹਿਗੁਰੂ ਜੀ ਤੇਰਾ ਨਾਮ ਜਪ ਕੇ ਤੇਰੇ ਦਰਸ਼ਨ ਕਰ ਲਏ, ਉਹਨਾਂ ਦੇ ਮਨ ਨੂੰ ਰੱਜ ਆ ਜਾਂਦਾ, ਉਹ ਤ੍ਰਿਪਤ ਹੋ ਜਾਂਦੇ ਆ। ਜਿਨ੍ਹਾਂ ਨੇ ਤੁਹਾਡਾ ਨਾਮ ਜਪਿਆ ਤੇ ਤੁਹਾਡੇ ਦੀਦਾਰ ਜਿਨ੍ਹਾਂ ਨੂੰ ਪ੍ਰਾਪਤ ਹੋਏ ਆ, ਤੇ ਨਾਮ ਜਪ ਕੇ ਤੇ ਉਹਦੇ ਦੀਦਾਰ ਹੋਣਿਆ, ਨਾਮ ਜਪਣ ਤੋਂ ਬਿਨਾਂ ਤੇ ਗੱਲ ਅੱਗੇ ਤੁਰਨੀ ਨਹੀਂ ਨਾ। ਇਸ ਕਰਕੇ ਮਹਾਰਾਜ ਆਖਦਿਆ ਨਾਮ ਵਿੱਚੋਂ ਹੀ ਤ੍ਰਿਪਤੀ ਮਿਲਣੀ ਹੈ, ਨਾਮ ਵਿੱਚੋਂ ਹੀ ਬੰਦੇ ਨੂੰ ਰੱਜ ਆਉਣਾ। ਅੱਗੇ ਸਤਿਗੁਰੂ ਜੀ ਨੇ ਬਚਨ ਕੀਤਾ, ਰਹਾਉ ਦੀਆਂ ਤੁਕਾਂ ਤੋਂ ਬਾਅਦ ਭਗਤ ਭੰਡਾਰ ਗੁਰਬਾਣੀ ਲਾਲ, ਜਿਹੜੇ ਨਾਮ ਦੇ ਖਜ਼ਾਨੇ ਵੱਲ ਤੁਰੇ, ਬਾਣੀ ਪੜ੍ਹੀ, ਬੰਦਗੀ ਕੀਤੀ, ਉਹਨਾਂ ਲਈ ਭਗਤੀ ਦੇ ਭੰਡਾਰੇ ਹੀ ਅਸਲੀ ਖਜ਼ਾਨਾ ਨੇ, ਉਹਨਾਂ ਲਈ ਗੁਰਬਾਣੀ ਹੀ ਨਾਮ ਦਾ ਰਤਨ ਹੈ, ਗੁਰਬਾਣੀ ਹੀ ਅਸਲੀ ਲਾਲ ਹੈ ਉਹਨਾਂ ਲਈ। ਭਾਵ ਸਾਡੇ ਲਈ ਖਜ਼ਾਨਾ ਹੈ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ, ਹੈ ਨਾ। ਅਸੀਂ ਇਹਨੂੰ ਕਹਾਂਗੇ ਵੀ ਬੜਾ ਆਪਣੇ ਕੋਲ ਤੇ ਸੋਨਾ ਵਾਧੂ ਹੈ, ਖਜ਼ਾਨਾ ਭਰਿਆ ਪਿਆ। ਪਰ ਮਹਾਰਾਜ ਆਖਦਿਆ ਗੁਰਮੂਹ ਨੂੰ ਪੁੱਛ ਕੇ ਵੇਖੋ ਉਹਦੇ ਖਜ਼ਾਨਾ, ਪਤਾ ਕਿ ਉਹਦੇ ਖਜ਼ਾਨਾ ਭਗਤੀ ਹੈ।
ਉਹਦੇ ਲਈ ਖਜ਼ਾਨਾ ਗੁਰਬਾਣੀ ਦੇ ਕੀਮਤੀ ਲਾਲ ਨੇ। ਜੇ ਉਹਨਾਂ ਕੋਲ ਗੁਰਬਾਣੀ ਹੈ ਤੇ ਉਹ ਆਖਦੇ ਸਾਡੇ ਕੋਲ ਬੜੇ ਕੀਮਤੀ ਰਤਨ ਨੇ, ਕਿਉਂਕਿ ਗੁਰਬਾਣੀ ਇੱਕ ਕੀਮਤੀ ਰਤਨ ਹੈ। ਮਹਾਰਾਜ ਕਹਿਣ ਲੱਗੇ ਭਗਤ ਭੰਡਾਰ ਗੁਰਬਾਣੀ ਲਾਲ, ਤੇ ਇਹ ਉਹ ਲਾਲ ਹੀ ਇਹ ਉਹ ਰਤਨ ਹੈ ਕੀਮਤੀ, ਗਾਵਤ ਸੁਣਤ ਕਮਾਵਤ ਨਿਹਾਲ। ਜਿਹੜਾ ਬਾਣੀ ਸੁਣਦਾ ਬਾਣੀ ਗਾਉਂਦਾ, ਤੇ ਤੀਜਾ ਕੰਮ ਜਿਹੜਾ ਸਭ ਤੋਂ ਜ਼ਰੂਰੀ ਹੈ, ਗਾਉਂਦਾ ਹੈ ਸੁਣਦਾ ਹੈ ਤੇ ਫਿਰ ਕਮਾਉਂਦਾ ਹੈ, ਕਹਿ ਦਿੱਤਾ ਉਹ ਨਿਹਾਲ ਹੋ ਜਾਂਦਾ। ਗਾਵਤ ਸੁਣਤ ਕਮਾਵਤ ਨਿਹਾਲ। ਫਿਰ ਮਹਾਰਾਜ ਆਖਦਿਆ ਨਿਹਾਲ ਉਹੀ ਹੋਏਗਾ ਜਿਹੜਾ ਜੀਵਨ ਵਿੱਚ ਪ੍ਰੈਕਟੀਕਲ ਕਰੇਗਾ ਗੁਰੂ ਜੀ ਦੇ ਬਚਨਾਂ ਨੂੰ। ਸਾਧ ਸੰਗਤ ਇੱਕ ਬਚਨ ਹੀ ਚਾਹੇ ਕਮਾ ਲਓ, ਪਰ ਕਮਾਉਣਾ ਚਾਹੀਦਾ ਜ਼ਿੰਦਗੀ ਵਿੱਚ, ਕੁਝ ਨਾ ਕੁਝ ਧਾਰਨ ਕਰਨਾ ਚਾਹੀਦਾ। ਮਹਾਰਾਜ ਆਖਦਿਆ ਭਾਗ ਵੀ ਤਾਂ ਲੱਗਣਗੇ। ਫਿਰ ਅਗਲਾ ਬਚਨ ਕੀਤਾ ਚਰਨ ਕਮਲ ਸਿਓਲਾ ਗੋ ਮਾਨ। ਇੱਥੇ ਮਾਨ ਦਾ ਅਰਥ ਹੰਕਾਰ ਨਹੀਂ ਹੈ, ਮਾਨ ਦਾ ਅਰਥ ਅਭਿਮਾਨ ਨਹੀਂ ਹੈ, ਇੱਥੇ ਮਾਨ ਦਾ ਅਰਥ ਹੈ ਮਨ। ਜਿਹਦਾ ਮਨ ਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਨਾਲ ਜੁੜ ਗਿਆ ਤੇ ਜੁੜਦਾ ਉਹਦਾ ਹੈ ਸਤਿਗੁਰ ਤੁੱਠੈ ਕੀਨੋ ਦਾਨ। ਜਦੋਂ ਮਨ ਜੁੜ ਜਾਂਦਾ ਫਿਰ ਗੁਰੂ ਖੁਸ਼ ਹੋ ਜਾਂਦਾ ਤੇ ਗੁਰੂ ਖੁਸ਼ ਹੋ ਕੇ ਉਹਨੂੰ ਫਿਰ ਨਾਮ ਦਾ ਦਾਨ ਦਿੰਦਾ ਹੈ। ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰ ਤੂਠੈ। ਤੂਠੈ ਦਰਥ ਹੈ ਤਰੁੱਠ ਜਾਣਾ, ਖੁਸ਼ ਹੋ ਜਾਣਾ। ਸਤਿਗੁਰ ਤੂਠੈ ਕੀਨੋ ਦਾਨ, ਸਭ ਤੋਂ ਵੱਡਾ ਦਾਨ ਹੈ ਜੀ ਪਰਮਾਤਮਾ ਦੇ ਨਾਮ ਦਾ ਉਹ ਪ੍ਰਾਪਤ ਹੁੰਦਾ। ਫਿਰ ਅੱਗੇ ਆਖਦਿਆਂ ਨਾਨਕ ਕਉ ਗੁਰ ਦੀਖਿਆ ਦੀਨ। ਹੇ ਮੇਰੇ ਸੱਚੇ ਪਾਤਸ਼ਾਹ ਜੀ, ਤੁਸੀਂ ਮੇਰੇ 'ਤੇ ਤਰਸ ਕੀਤਾ, ਕਿਰਪਾ ਕੀਤੀ, ਮੈਨੂੰ ਇੱਕ ਸੋਹਣੀ ਆਪਣੀ ਦੇਖਿਆ ਦਿੱਤੀ, ਸਿੱਖਿਆ ਦਿੱਤੀ। ਦੇਖਿਆ ਦਰਤ ਸਿੱਖਿਆ ਹੈ, ਸੋਹਣਾ ਉਪਦੇਸ਼ ਦਿੱਤਾ। ਉਪਦੇਸ਼ ਦਿੱਤਾ ਵੀ ਨਾਮ ਜਪ, ਬੰਦਗੀ ਕਰੇ ਤੋਂ ਬਗੈਰ ਕੋਈ ਉਪਦੇਸ਼ ਨਹੀਂ ਹੈ। ਤੇ ਜਿਉਂ ਜਿਉਂ ਫਿਰ ਬੰਦਾ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਨਾ, ਨਾਮ ਜਪਦਾ, ਅੰਮ੍ਰਿਤ ਵੇਲਾ ਸਾਂਭਦਾ, ਬੰਦਗੀ ਕਰਦਾ, ਤੇ ਫਿਰ ਪਤਾ ਕੀ ਹੁੰਦਾ, ਉਹੀ ਪ੍ਰਭੂ ਜਿਹੜਾ ਪਹਿਲਾਂ ਆਪਣੇ ਵਿੱਚ ਵੀ ਨਹੀਂ ਸੀ ਦਿਸਦਾ, ਹੁਣ ਆਪਣੇ ਵਿੱਚੋਂ ਤੇ ਦਿਸਦਾ ਹੀ ਦਿਸਦਾ, ਉਹੀ ਪਰਮਾਤਮਾ ਹੁਣ ਹਰ ਇੱਕ ਵਿੱਚੋਂ ਦਿਸਦਾ। ਹੁਣ ਜਿੱਧਰ ਵੀ ਉਹ ਨਿਗਾਹ ਮਾਰਦਾ, ਜਿੱਧਰ ਵੀ ਵੇਖਦਾ, ਉਹਨੂੰ ਉਹਦਾ ਰੱਬ ਹੀ ਨਜ਼ਰ ਆਉਂਦਾ। ਮਹਾਰਾਜ ਆਖਦਿਆ ਪ੍ਰਭ ਅਵਿਨਾਸੀ ਕੱਟ ਕੱਟ ਚੀਨ। ਚੀਨ ਦਾ ਅਰਥ ਹੁੰਦਾ ਹੁਣ ਪਰਖਣਾ ਸ਼ੁਰੂ ਕਰ ਦਿੱਤਾ, ਵੇਖਣਾ ਸ਼ੁਰੂ ਕਰ ਦਿੱਤਾ। ਉਹੀ ਅਵਿਨਾਸੀ ਕੱਟ ਕੱਟ ਵਿੱਚੋਂ ਨਜ਼ਰ ਆਉਂਦਾ ਹੁਣ। ਉਹ ਇੰਜ ਲੱਗਦੇ ਵੀ ਜਿਵੇਂ ਰੱਬ ਤੋਂ ਬਗੈਰ ਤੇ ਕੋਈ ਚੀਜ਼ ਹੀ ਨਹੀਂ ਹੈਗੀ। ਹਰ ਇੱਕ ਤੰਦ ਤੰਦ ਵਿੱਚ, ਰੋਮ ਰੋਮ ਵਿੱਚ, ਜਰਰੇ ਜਰਰੇ ਵਿੱਚ ਤੇ ਪਰਮਾਤਮਾ ਵਸਿਆ ਪਿਆ, ਕਣ ਕਣ ਵਿੱਚ ਰੱਬ ਦਾ ਵਾਸਾ ਹੈ। ਉਹਨੂੰ ਫਿਰ ਇਵੇਂ ਲੱਗਦਾ, ਫਿਰ ਉਹੀ ਗਾਉਂਦੇ ਆ ਬੰਦੇ ਵੀ ਕੱਟ ਕੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਮਹਾਰਾਜ ਨੇ ਬਿਲਕੁਲ ਨਾਲ ਲਿਖਿਆ ਵੀ ਕਿਤੇ ਭੁਲੇਖਾ ਨਾ ਰਹਿ ਜੇ ਤੈਨੂੰ, ਵੀ ਆਮ ਦੁਨੀਆ ਪੁਕਾਰਦੀ ਆ। ਕਹਿਣ ਲੱਗੇ ਦੁਨੀਆ ਨਹੀਂ ਪੁਕਾਰਦੀ ਓਏ, ਕੇਵਲ ਸੰਤ ਪੁਕਾਰਦੇ ਆ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਹਰ ਇੱਕ ਵਿੱਚੋਂ ਵੇਖਿਆ ਹੈ।
ਸਾਡੇ ਵਰਗੇ ਬੰਦੇ ਥੋੜ੍ਹਾ ਪੁਕਾਰਨਗੇ, ਸਾਨੂੰ ਤੇ ਰੱਬ ਗੁਰਦੁਆਰੇ ਵੀ ਨਜ਼ਰ ਨਹੀਂ ਆਉਂਦਾ ਤੇ ਹਰ ਇੱਕ ਬੰਦੇ ਵਿੱਚੋਂ ਕਿੱਥੋਂ ਨਜ਼ਰ ਆ ਜਾਏਗਾ। ਅਸੀਂ ਤੇ ਗੁਰੂ ਘਰ ਆ ਕੇ ਵੀ ਕਈ ਵਾਰ ਭੈ ਵਿੱਚ ਨਹੀਂ ਬੈਠਦੇ ਨਾ, ਤੇ ਜਿਹੜੇ ਹਰ ਇੱਕ ਵਿੱਚੋਂ ਰੱਬ ਨੂੰ ਦੇਖਦੇ ਆ ਉਹ ਰੱਬ ਦੇ ਭੈ ਵਿੱਚ ਤੁਰਦੇ ਆ ਵੀ ਨਹੀਂ ਵੀ ਇੱਥੇ ਰੱਬ ਦਾ ਵਾਸ, ਇੱਥੇ ਥੋੜ੍ਹਾ ਗਲਤ ਕਰਨਾ, ਇੱਥੇ ਵੀ ਰੱਬ ਹੈ, ਇੱਥੇ ਵੀ ਰੱਬ ਆ, ਗਲਤ ਕਰੀਏ ਤੇ ਕਿਹਦੇ ਨਾਲ ਕਰੀਏ, ਲੁਕੋਈਏ ਤੇ ਕਿੱਥੋਂ ਲੁਕੋਈਏ, ਹਰ ਥਾਂ ਤੇ ਉਹ ਰੱਬ ਬੈਠਾ ਹੋਇਆ ਹੈ। ਆਖ ਤੇ ਸੰਤ ਹੀ ਕਹਿ ਸਕਦੇ ਆ, ਇਹ ਫਕੀਰ ਹੀ ਕਹਿ ਸਕਦੇ, ਇਹਨੂੰ ਹਰ ਬੰਦਾ ਨਹੀਂ ਕਹਿ ਸਕਦਾ। ਮੇਰਾ ਮਹਾਰਾਜ ਕਹਿੰਦਾ ਹੈ ਇਸ ਕਰਕੇ ਪ੍ਰਭ ਅਵਿਨਾਸੀ ਘੱਟ ਘੱਟ ਚੀਨ, ਉਹ ਪਰਮਾਤਮਾ ਮੈਂ ਘੱਟ ਘੱਟ ਵਿੱਚ ਵੇਖ ਲਿਆ, ਹਰ ਇੱਕ ਵਿੱਚ ਪਹਿਚਾਣ ਲਿਆ। ਸਾਧ ਸੰਗਤ ਰੱਬ ਕੋਲੋਂ ਰੋਜ਼ ਮੰਗਦੇ ਆ, ਇੱਕ ਸਿੱਖਿਆ ਉਹਦੇ ਕੋਲ ਜ਼ਰੂਰ ਰੋਜ਼ ਮੰਗਣੀ ਚਾਹੀਦੀ ਹੈ। ਜਿਵੇਂ ਮਹਾਰਾਜ ਇੱਕ ਬਚਨ ਕਰਦੇ ਆ, ਸਤਿਗੁਰੂ ਜੀ ਆਖਦੇ ਆ ਰੋਜ਼ ਉਹਦੇ ਅੱਗੇ ਅਰਦਾਸ ਕਰਿਆ ਕਰਕੇ, ਕਰਤਾ ਤੂੰ ਮੇਰਾ ਜਜਮਾਨ, ਇਹ ਵਾਹਿਗੁਰੂ ਤੂੰ ਮੇਰਾ ਜਜਮਾਨ ਹੈ, ਤੇ ਮੈਂ ਤੇਰੇ ਕੋਲ ਇੱਕ ਸਿੱਖਿਆ ਮੰਗਣੀ ਚਾਹੁੰਦਾ, ਇੱਕ ਦੇਖਿਆ ਮੰਗਣੀ ਚਾਹੁੰਦਾ। ਮਹਾਰਾਜ ਨੇ ਪੁੱਛਿਆ ਕੀ ਮੰਗਣਾ ਚਾਹੁੰਦਾ, ਦਾਸਾਂ ਵੀਰ ਤੇ ਆਖਦੇ ਆ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪਹਿ ਮੰਗੋ। ਮਹਾਰਾਜ ਮੈਂ ਇੱਕ ਦਖਣਾ ਤੁਹਾਡੇ ਕੋਲੋਂ ਮੰਗਣ ਲੱਗਾ ਹਾਂ, ਤੂੰ ਬਸ ਇੱਕ ਹੈ ਕਿਰਪਾ ਕਰਕੇ ਦੇ ਦਿਓ, ਉਹ ਹੈ ਸਤਿਗੁਰੂ ਜੀ ਤੁਹਾਡਾ ਨਾਮ। ਸਤਿਨਾਮ ਵਾਹਿਗੁਰੂ, ਸਤਿਗੁਰੂ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਜੀ ਹੋਈਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ। ਬੁਲਾਓ ਪਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।